ਇਹੋ ਹੀ ਸਵਾਲ ਦੀਪ ਸਿੱਧੂ 'ਤੇ ਕੀਤਾ ਜਾਂਦਾ ਸੀ, ਇਹੋ ਹੀ ਹੁਣ ਮੇਰੇ 'ਤੇ ਕੀਤਾ ਜਾ ਰਿਹਾ। ਇਹੋ ਹੀ ਸਵਾਲ ਹਰ ਉਸ ਨੌਜਵਾਨ 'ਤੇ ਕੀਤਾ ਜਾਂਦਾ ਜਿਹੜਾ ਨੌਜਵਾਨ ਆਪਣੀ ਕੌਮ ਦੀ ਡਟ ਕੇ ਹਿਮਾਇਤ ਕਰਦਾ, ਗੱਲ ਕਰਦਾ। ਸੋ ਇਹ ਕੋਈ ਨਵਾਂ ਸਵਾਲ ਨਹੀਂ, ਜਿਨ੍ਹਾਂ ਨੂੰ ਵਰਤਾਰਾ ਨਹੀਂ ਸਮਝ ਆਉਂਦਾ ਉਹ ਇਹਨੂੰ ਕਿਸੇ ਨਾਲ ਜੋੜ ਕੇ ਦੇਖਦੇ ਨੇ, ਜੋ ਕਿ ਉਹਨੂੰ ਲੱਗਦਾ ਵੀ ਕੋਈ ਸਪੋਂਸਰ ਕਰ ਰਿਹਾ ਚੀਜ਼ਾਂ, ਉਹ ਉਹਨਾਂ ਦੀ ਅੰਡਰਸਟੈਂਡਿੰਗ ਹੋ ਸਕਦੀ। ਇਹਦੇ ਪਿੱਛੇ ਕਈ ਘਟਨਾਵਾਂ ਜੋੜੀਆਂ ਜਾਂਦੀਆਂ ਨੇ, ਬੇਸ਼ੱਕ ਉਹਦੇ ਪਿੱਛੇ ਤੁਹਾਡੀ ਖਾਲਿਸਤਾਨ ਦੀ ਡਿਮਾਂਡ ਆਉਂਦੀ ਹੈ, ਕਹਿੰਦੇ ਕਿ ਜਦੋਂ ਸਟੇਟ ਅਜਿਹੀਆਂ ਚੀਜ਼ਾਂ ਦੇ ਪਿੱਛੇ ਵੀ ਸਟੇਟ ਦੀ ਪਾਲਿਸੀ ਹੈ ਕਿ ਬੇਸ਼ੱਕ ਖਾਲਿਸਤਾਨ ਦੀ ਤੁਸੀਂ ਗੱਲ ਕਰ ਰਹੇ ਹੋ, ਇਹਨੂੰ ਇਸ ਡਿਮਾਂਡ ਨੂੰ ਇੱਕ ਵਾਰ ਫਿਰ ਤੋਂ ਪੰਜਾਬ 'ਚ ਉਭਾਰਨਾ, ਇਹਦੇ ਪਿੱਛੇ ਜਿਹੜੀ ਮੁਲਕ ਦੀ ਸਟੇਟ ਦਾ ਫਾਇਦਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚੋਂ ਜਾਂਦੀ ਹੈ ਅਤੇ ਰਾਸ਼ਟਰਪਤੀ ਰਾਜ ਦੀ ਮੰਗ ਕੀਤੀ ਜਾਂਦੀ ਹੈ, ਜਾਂ ਦੂਜੇ ਪੱਧਰ 'ਤੇ ਅਜਨਾਲੇ ਵਾਲੀ ਘਟਨਾ ਹੁੰਦੀ ਹੈ ਉਸ ਨੂੰ ਇਸ ਦੇ ਨਾਲ ਜੋੜ ਕੇ ਵੇਖਿਆ ਜਾਂਦਾ ਕਿ ਭਾਈ ਸਾਹਿਬ ਜਿਹੜੇ ਨੇ ਸਟੇਟ ਸਪੋਂਸਰ ਚੱਲ ਰਹੇ ਨੇ, ਜੋ ਜਿਹਦੇ ਨਾਲ ਸਟੇਟ ਨੂੰ ਜਾਂ ਖਾਸ ਤੌਰ 'ਤੇ ਕਹਿੰਦੇ ਕੇਂਦਰ ਦੀ ਸਰਕਾਰ ਨੂੰ ਫਾਇਦਾ, ਉਹ ਚੀਜ਼ਾਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ। ਨਹੀਂ, ਮੈਨੂੰ ਐਂ ਨਹੀਂ ਲੱਗਦਾ ਵੀ ਇਹੋ ਜਿਹੀ ਛੋਟੀ ਘਟਨਾ ਪਿੱਛੇ ਕੋਈ ਰਾਸ਼ਟਰਪਤੀ ਰਾਜ ਲਾਉਣ ਡਿਮਾਂਡ ਹੋ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਵੀ ਬਿਆਨ ਆ, ਕੈਪਟਨ ਅਮਰਿੰਦਰ ਸਿੰਘ ਤਾਂ ਪਹਿਲਾਂ ਵੀ ਬਹੁਤ ਲੰਬੇ ਸਮੇਂ ਤੋਂ ਡਿਮਾਂਡ ਕਰ ਰਹੇ, ਮੇਰੇ ਆਉਣ ਤੋਂ ਪਹਿਲਾਂ ਵੀ ਉਹਨਾਂ ਕਈ ਵਾਰ ਡਿਮਾਂਡ ਕੀਤੀ ਆ ਵੀ ਇੱਥੇ ਰਾਸ਼ਟਰਪਤੀ ਰਾਜ ਲਾ ਦੇਣਾ ਚਾਹੀਦਾ। ਸੋ ਉਹਨਾਂ ਦੀ ਡਿਮਾਂਡ ਦੀ ਕੋਈ ਵੈਲਿਊ ਨਹੀਂ ਹੈਗੀ। ਜਿਹੜਾ ਬੰਦਾ ਸੱਤਾ ਧਿਰ 'ਚੋਂ ਬਾਹਰ ਹੋਵੇ ਉਹਦੀ ਡਿਮਾਂਡ ਦੀ ਕੀ ਵੈਲਿਊ ਹੋ ਸਕਦੀ ਹੈ? ਪਬਲਿਕ ਓਪੀਨੀਅਨ ਕਿਹੜੇ ਪਾਸੇ ਖੜੀ ਆ, ਡਾਊਨ ਰੇਡਰ ਦੀ ਸਿਚੁਏਸ਼ਨ ਕੀ ਹੈ, ਇਹ ਦੇਖਣਾ ਪੈਂਦਾ ਨਾ ਸਾਰਾ ਕੁਝ। ਸਟੇਟ ਦੇਖੋ ਮੀਡੀਆ 'ਚ ਦਿੱਤੇ ਬਿਆਨਾਂ ਨਾਲ ਨਹੀਂ ਚੱਲਦੀ, ਮੀਡੀਆ 'ਚ ਜਿਹੜਾ ਟ੍ਰਾਇਲ ਹੁੰਦਾ ਉਹ ਵੱਖਰਾ ਚੱਲਦਾ ਹੈ ਅਤੇ ਜਿਹੜਾ ਰਿਐਲਿਟੀ ਇੱਕ ਡਿਫਰੈਂਟ ਹੁੰਦੀ ਹੈ। ਸੋ ਮੈਨੂੰ ਇਹ ਲੱਗਦਾ ਵੀ ਇਹੋ ਜਿਹੇ ਬਿਆਨ ਦੇਣੇ ਵੀ ਰਾਸ਼ਟਰਪਤੀ ਰਾਜ ਲਾ ਦਿਓ, ਇਹ ਇੱਕ ਕਿਸਮ ਦਾ ਮਜ਼ਾਕ ਜੇ ਕਰਨ ਵਾਲੀ ਗੱਲ ਹੁੰਦੀ ਹੈ। ਸਟੇਟਾਂ ਇੱਦਾਂ ਨਹੀਂ ਚੱਲਦੀਆਂ ਹੁੰਦੀਆਂ, ਸੈਂਟਰ ਨੂੰ ਵੀ ਇਸ ਗੱਲ ਦਾ ਪਤਾ। ਸੋ ਇਹ ਜਿਹੜਾ ਇਹ ਕਹਿਣਾ ਵੀ ਇਹਦੇ ਨਾਲ ਫਲਾਣੀ ਨੂੰ ਫਾਇਦਾ ਹੋ ਰਿਹਾ, ਫਲਾਣੀ ਨੂੰ ਫਾਇਦਾ ਹੋ ਰਿਹਾ, ਜੇ ਬੀਜੇਪੀ ਨੂੰ ਮੇਰੇ ਨਾਲ ਫਾਇਦਾ ਹੋ ਰਿਹਾ ਹੋਵੇ ਤਾਂ ਬੀਜੇਪੀ ਮੇਰੇ ਖਿਲਾਫ਼ ਕਿਉਂ ਬਿਆਨ ਦੇਵੇ? ਸੋ ਵੀ ਸਾਰੇ ਹੀ ਬੰਦੇ ਇਸ ਖਿਲਾਫ਼ ਬਿਆਨ ਦੇ ਰਹੇ ਨੇ। ਸੋ ਮੈਨੂੰ ਲੱਗਦਾ ਵੀ ਇਹ ਜਿਹੜਾ ਆਈਡੀਆ ਨਾ ਵੀ ਫਲਾਣੇ ਬੰਦੇ ਨੂੰ ਫਾਇਦਾ ਕੋਈ ਕਰ ਰਿਹਾ, ਆਪਾਂ ਕਿਸੇ ਪੋਲੀਟੀਕਲ ਧਿਰ ਨੂੰ ਨਾ ਫਾਇਦਾ ਕਰਦੇ ਨਾ ਨੁਕਸਾਨ ਕਰਦੇ, ਸਾਡੇ ਵੱਲੋਂ ਕੋਈ ਫਾਇਦਾ ਲੈ ਜੇ ਕੋਈ ਨੁਕਸਾਨ ਲੱਗ ਜੇ ਉਹਨਾਂ ਦਾ ਮਸਲਾ, ਅਸੀਂ ਧਰਮ ਦਾ ਪ੍ਰਚਾਰ ਕਰ ਰਹੇ ਹਾਂ। ਕਈ ਸਿਆਸਤ ਦੇ ਸਾਇੰਟਿਸਟ ਇਹ ਸਵਾਲ ਚੱਕਦੇ ਨੇ ਕਿ ਜਦੋਂ ਕਿਤੇ ਕਿਸੇ ਵੀ ਮੁਲਕ ਦੇ ਵਿੱਚ ਜਦੋਂ ਅੰਦਰੂਨੀ ਤੌਰ ਦੇ ਉੱਤੇ ਕਿਤੇ ਗੱਲ ਬੇਸ਼ੱਕ ਉਹ ਅੱਤਵਾਦੀ ਆਉਂਦੀ ਹੈ ਜਾਂ ਕਿਸੇ ਮੁਲਕ ਦੇ ਵਿੱਚ ਅੰਦਰੋਂ ਅੰਦਰੀ ਜਦੋਂ ਕੋਈ ਜੰਗ ਛਿੜਦੀ ਹੈ ਤਾਂ ਕੇਂਦਰ ਦੀਆਂ ਸਰਕਾਰਾਂ ਦੇ ਹਮੇਸ਼ਾ ਫਾਇਦੇ ਹੁੰਦੇ ਨੇ ਕਿ ਜਿਹੜੀ ਸਟੇਟ ਦੀਆਂ ਗਵਰਨਮੈਂਟਾਂ ਨੇ ਜਾਂ ਕੇਂਦਰ ਦੀਆਂ ਗਵਰਨਮੈਂਟਾਂ ਨੇ ਜਦੋਂ ਵਰਲਡ ਬੈਂਕ ਦੇ ਜਿਹੜੇ ਕਰਜ਼ੇ ਹੁੰਦੇ ਉਹਨਾਂ 'ਚ ਬਹੁਤ ਵੱਡੀਆਂ ਰਾਹਤਾਂ ਮਿਲ ਜਾਂਦੀਆਂ ਨੇ ਜਦੋਂ ਕੋਈ ਸਟੇਟ ਅੰਦਰ ਖਾਤੀ ਕਿਸੇ ਅੱਤਵਾਦ ਦੇ ਨਾਲ ਜੂਝ ਰਹੀ ਹੋਵੇ। ਨਹੀਂ, ਫਿਰ ਮੈਨੂੰ ਇਹ ਲੱਗਦਾ ਵੀ ਹਿੰਦੁਸਤਾਨ ਦੇ ਵਿੱਚ ਤਾਂ ਆਲਰੇਡੀ 3-4 ਸਟੇਟਾਂ ਦੇ ਵਿੱਚ ਮਿਲੀਟੈਂਸੀ ਚੱਲ ਰਹੀ ਹੈ ਅਤੇ ਉਹਨਾਂ ਨੂੰ ਇਹ ਜਿਹੜੀ ਆ ਇੱਥੇ ਜਿਹੜੀ ਉਹਨਾਂ ਨੇ ਮਿਲੀਟੈਂਸੀ ਬਹੁਤ ਮੁਸ਼ਕਲ ਨਾਲ ਆਪਣੀ ਉਹ ਮੰਨਦੇ ਨੇ ਕ੍ਰਸ਼ ਕੀਤੀ ਹੈ, ਉਹਨੂੰ ਰਿਵਾਈਵ ਕਰਨਾ ਜਾਂ ਉਸ ਆਈਡੀਆ ਨੂੰ ਖਾਲਿਸਤਾਨ ਵਿੱਚ ਜਿਹਨੂੰ ਲੱਖਾਂ ਡਾਲਰ ਕਰੋੜਾਂ ਡਾਲਰ ਖਰਚ ਕਰਨਾ ਕ੍ਰਿਮੀਨਲਾਈਜ਼ ਕੀਤਾ ਹੈ, ਉਹਨੂੰ ਨੋਰਮਲਾਈਜ਼ ਕਰਨਾ ਸਟੇਟ ਦੀ ਪੋਲਿਸੀ ਨਹੀਂ ਹੋ ਸਕਦੀ। ਇਹ ਅੰਡਰਸਟੈਂਡ ਜਿਹੜੇ ਬੰਦੇ ਇਹ ਹੈਗੇ ਆ ਵੀ ਇਹ ਕਹਿੰਦੇ ਆ ਵੀ ਆਪਣੇ ਆਪ ਨੂੰ ਸਮਝਦੇ ਆ ਵੀ ਉਹ ਬੜੇ ਐਕਸਪਰਟ ਨੇ ਪੋਲੀਟਿਕਸ ਦੇ, ਉਹ ਫਿਰ ਉਹਨਾਂ ਨੂੰ ਬਿਲਕੁਲ ਸਮਝ ਨਹੀਂ ਹੈਗੀ ਪੋਲੀਟਿਕਸ ਦੀ ਇਸ ਹਿਸਾਬ ਨਾਲ, ਵੀ ਇੱਕ ਆਈਡੀਆ ਜਿਹੜਾ ਸਟੇਟ ਲਈ ਬਹੁਤ ਡੇਂਜਰਸ ਸਾਬਤ ਹੁੰਦਾ ਹੈ, ਜਿਹੜੀ ਸਟੇਟ ਕਲੇਮ ਕਰਦੀ ਹੈ ਪੀਸਫੁਲ ਮੈਨਰਸ ਦੇ ਵਿੱਚ ਆਈਡੀਆ ਦੀ ਗੱਲ ਚੱਲਦੀ ਆ ਰਹੀ ਹੈ, ਔਰ ਪੀਸਫੁਲ ਮੈਨਰ 'ਚ ਅਸੀਂ ਕਰ ਰਹੇ ਹਾਂ, ਅਸੀਂ ਵੀ ਕੋਈ ਇਹ ਤਾਂ ਨਹੀਂ ਕਹਿ ਰਹੇ ਵੀ ਤੁਸੀਂ ਹਥਿਆਰ ਚੁੱਕੋ ਅਤੇ ਹਥਿਆਰ ਚੁੱਕੋ, ਕੋਈ ਮਿਲੀਟੈਂਸੀ ਛੱਡੋ, ਸਿਰ ਦੇ ਤਾਂ ਗੁਰੂ ਗੋਬਿੰਦ ਪਾਤਸ਼ਾਹ ਨੇ ਕੀਤੀ, ਮੈਂ ਤਾਂ ਉਹਨਾਂ ਨੂੰ ਕੋਟ ਕੀਤਾ। ਹੁਣ ਤੁਸੀਂ ਦੱਸੋ ਵੀ ਜਿਹੜੇ ਬੰਦੇ ਨੇ ਅੰਮ੍ਰਿਤ ਛਕਿਆ ਉਹਨੂੰ ਤਾਂ ਪਤਾ ਸਿਰ ਦੇਣ ਦੀ ਘਟਨਾ ਕੀ ਹੈ, ਜਿਹਨੇ ਅੰਮ੍ਰਿਤ ਨਹੀਂ ਛਕਿਆ ਉਹਦੇ ਵਾਸਤੇ ਕੁਛ ਵੀ ਹੋ ਸਕਦਾ।